ਬੇਸਿਕਲੀ ਟੂ ਇਨਫੋਰਸ ਦ ਕਰਫਿਊ ਅਸੀਂ ਡਿਫਰੈਂਟ ਟੈਕਨੀਕਸ ਯੂਜ਼ ਕਰ ਰਹੇ ਹਾਂ। ਹਿਊਮਨ ਇੰਟੈਲੀਜੈਂਸ ਤਾਂ ਹੈ ਹੀ ਹੈ, ਸਾਡੇ ਨਾਕਾਜ ਹੈਗੇ ਆ, ਪੈਟਰੋਲਿੰਗ ਪਾਰਟੀਜ਼ ਹੈਗੀਆਂ, ਪਰ ਟੈਕਨੋਲੋਜੀ ਦਾ ਸਹਾਰਾ ਵੀ ਲੈ ਰਹੇ ਹੈਗੇ ਹਾਂ। ਡਰੋਨਸ ਯੂਜ਼ ਕਰ ਰਹੇ ਹਾਂ ਡਿਫਰੈਂਟ ਏਰੀਆਜ਼ ਜਿੱਥੇ ਪੈਟਰੋਲਿੰਗ ਥੋੜ੍ਹੀ ਮੁਸ਼ਕਿਲ ਹੁੰਦੀ ਆ ਜਾਂ ਕਾਰਾਂ ਨਹੀਂ ਜਾਂਦੀਆਂ, ਵਹੀਕਲਸ ਨਹੀਂ ਜਾਂਦੇ, ਤਾਂ ਉੱਥੇ ਅਸੀਂ ਇਹ ਡਰੋਨਸ ਉਸ ਏਰੀਆ ਦੇ ਵਿੱਚ ਆਈਡੈਂਟੀਫਾਈ ਕਰਦੇ ਹਾਂ ਕਿਹੜੇ ਲੋਕ ਜਿਹੜੇ ਹੈਗੇ ਆ ਕਰਫਿਊ ਵਾਇਲੇਟ ਕਰ ਰਹੇ ਆ, ਤਾਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ਼ ਅਸੀਂ ਐਕਸ਼ਨ ਲਵਾਂਗੇ। ਅਤੇ ਗਲੀਆਂ ਦੇ ਵਿੱਚ ਜਿਵੇਂ ਕਿ ਸਾਰੇ ਕਾਫੀ ਜਣੇ ਬਾਹਰ ਬੈਠ ਜਾਂਦੇ, ਉਹਨਾਂ ਦੇ ਉੱਪਰ ਵੀ ਐਕਸ਼ਨ? ਡੈਫੀਨੇਟਲੀ ਡੈਫੀਨੇਟਲੀ, ਜੋ ਵੀ ਬੇਸਿਕਲੀ ਅਸੀਂ ਡਰੋਨ ਯੂਜ਼ ਇਸ ਪਰਪਜ਼ ਵਾਸਤੇ ਕੀਤੇ ਆ, ਜੋ ਵੀ ਗਲੀ ਮੁਹੱਲੇ ਦੇ ਵਿੱਚ ਜਾਂ ਇਕੱਠੇ ਹੁੰਦੇ ਆ ਜਾਂ ਬਾਹਰ ਬੈਠਦੇ ਆ ਜਾਂ ਵਾਇਲੇਟ ਕਰ ਰਹੇ ਆ ਟ੍ਰੈਫਿਕ, ਤਾਂ ਉਹਨਾਂ ਦੇ ਅਗੇਂਸਟ ਅਸੀਂ ਆਈਡੈਂਟੀਫਾਈ ਕਰਕੇ ਐਕਸ਼ਨ ਲਵਾਂਗੇ। ਫਿਰ ਟ੍ਰਾਇਲ ਲਿੱਤਾ ਹੈ ਜਾਂ ਸ਼ੁਰੂ ਕਰਤਾ? ਵੀ ਵਰ ਡੂਇੰਗ ਇਟ ਯੈਸਟਰਡੇ ਆਲਸੋ, ਕੁਛ ਏਰੀਆ ਸੀਗੇ ਜਿਵੇਂ ਆਊਟਰ ਏਰੀਆ ਮਥੁਰਾ ਕਲੋਨੀ ਐਂਡ ਰੰਗੇਸ਼ਾ ਕਲੋਨੀ, ਉਸ ਏਰੀਆ 'ਚ ਯੂਜ਼ ਕੀਤਾ ਸੀਗਾ। ਸਿਵਲ ਲਾਈਨ ਦੇ ਏਰੀਆ 'ਚ ਬਡੂੰਗਰ ਐਂਡ ਅਬਲੋਵਾਲ ਏਰੀਆ 'ਚ ਯੂਜ਼ ਕੀਤਾ ਸੀਗਾ, ਤਾਂ ਅਸੀਂ ਅੱਜ ਵੀ ਜਿਹੜੀਆਂ ਕਲੋਨੀ 'ਚੋਂ ਪ੍ਰੋਬਲਮਸ ਆ ਰਹੀਆਂ ਵੀ ਉੱਥੇ ਅਸੀਂ ਯੂਜ਼ ਕਰਾਂਗੇ।